हर हर तेरी सुन सुन होवे परम गत मेरी, सुन सुन होवे परम गत मेरी। कहिंदे ने जिथे मनुख नूं दबाया दफनाया, कहिंदे ने कई दफा उत्थों ही पौधे उग पैंदे ने, बीज उग पैंदा है। ਉਹੀ ਬੀਜ ਕਈ ਦਫ਼ਾ ਧਰਤੀ 'ਤੇ ਫੈਲਦਾ ਹੈ, ਉਹੀ ਫਿਰ ਅੰਨ ਅਸੀਂ ਖਾਂਦੇ ਹਾਂ। ਇੱਕ ਵਰਤੁਲ ਹੈ, ਇੱਕ ਚੱਕਰ ਹੈ, ਇੱਕ ਸਾਈਕਲ। ਕਹਿੰਦੇ ਨੇ ਹਰ ਇੱਕ ਮਨੁੱਖ ਦੂਜੇ ਨਾਲ ਜੁੜਿਆ ਹੋਇਆ ਹੈ, ਦੂਜਾ ਤੀਜੇ ਦੇ ਨਾਲ, ਤੀਜਾ ਚੌਥੇ ਦੇ ਨਾਲ, ਔਰ ਇਸ ਤਰ੍ਹਾਂ ਬਨਸਪਤੀ ਦੇ ਨਾਲ, ਇਸ ਤਰ੍ਹਾਂ ਪਸ਼ੂ ਪੰਛੀਆਂ ਦੇ ਨਾਲ ਜੁੜੇ ਹੋਏ ਹਾਂ। ਇਸੇ ਕਰਕੇ ਗੁਰਬਾਣੀ ਦੇ ਵਿੱਚ ਕਹਿ ਦਿੱਤਾ ਕਿ ਏਕ ਪਿਤਾ ਏ ਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰ ਆਈ। ਪਿਤਾ ਇੱਕ ਹੈ, ਔਰ ਉਸ ਇੱਕ ਪਿਤਾ ਨੂੰ ਗੁਰੂ ਨਾਨਕ ਸਾਹਿਬ ਕਹਿ ਦਿੱਤਾ ਇੱਕ ਓਅੰਕਾਰ, ਜੋ ਇੱਕ ਹੈ। ਸਵਾਲ ਕੀਤਾ, ਕੌਣ ਸੋ ਅੱਖਰ ਜਿੱਤ ਰਹੇ ਹੀ ਆਓ, ਉਹ ਅੱਖਰ ਕਿਹੜਾ ਹੈ ਕਿ ਜਿਹੜਾ ਹਿਰਦੇ ਵਿੱਚ ਟਿਕ ਜਾਵੇ ਔਰ ਹਿਰਦਾ ਠਹਿਰਾਵ ਦੀ ਅਵਸਥਾ ਵਿੱਚ ਆ ਜਾਵੇ, ਉਹ ਅੱਖਰ ਕਿਹੜਾ ਹੈ? ਉਹ ਆਪ ਜੀ ਨੂੰ ਮੈਂ ਅਰਜ਼ ਕਰਾਂ ਕਿ ਇਸ ਅੱਖਰ ਨੂੰ ਲੈ ਕੇ, ਇਸ ਸ਼ਬਦ ਨੂੰ ਲੈ ਕੇ ਕਿਤਨੇ ਹੀ ਝਗੜੇ ਪੈਦਾ ਹੋਏ ਨੇ। ਝਗੜੇ ਇਸ ਕਰਕੇ ਮੈਂ ਕਹਿ ਰਿਹਾ, ਕੋਈ ਕਹਿੰਦਾ ਹੈ ਪੰਜ ਸ਼ਬਦਾਂ ਦਾ ਸਿਮਰਨ, ਕੋਈ ਕਹਿੰਦਾ ਹੈ ਢਾਈ ਸ਼ਬਦਾਂ ਦਾ ਸਿਮਰਨ, ਕੋਈ ਕਹਿੰਦਾ ਹੈ ਇੱਕ ਸ਼ਬਦ ਦਾ ਸਿਮਰਨ, ਆਪਣੀ ਆਪਣੀ ਸੋਚ। ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੱਥੇ ਸ਼ਬਦ ਦੀ ਗੱਲ ਹੈ, ਜਿੱਥੇ ਅੱਖਰ ਦੀ ਗੱਲ ਹੈ, ਗੁਰੂ ਨਾਨਕ ਸਾਹਿਬ ਦੇ ਬੋਲ ਹਨ, ਏਕ ਅੱਖਰ ਜੋ ਗੁਰਮੁਖ ਜਾਪੇ ਤਾਂ ਕਿ ਨਿਰਮਲ ਸੋਚ। ਹੁਣ ਕਹਿੰਦੇ ਨੇ ਅੱਖਰ ਕੀ ਹੈ? ਇੱਕ ਅੱਖਰ ਤੋਂ ਮੁਰਾਦ ਕਿ ਉਹ ਅੱਖਰ ਜਿਹਦੇ ਵਿੱਚ ਇੱਕ ਦੀ ਖੁਸ਼ਬੂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਤਨੀ ਦਫ਼ਾ ਨਾਮ ਦੀ ਗੱਲ ਆਈ ਹੈ, ਨਾਮ ਕੀ ਹੈ, ਇਸ਼ਾਰਾ ਕੀਤਾ ਹੈ ਇੱਕ ਓਅੰਕਾਰ ਵੱਲ। ਇੱਕ ਜੋ ਇੱਕ ਹੈ, ਜੋ ਸਾਰਿਆਂ ਦਾ ਮੂਲ ਹੈ, ਜੋ ਸਾਰਿਆਂ ਦਾ ਮੁੱਢ ਹੈ, ਉਹ ਵੱਖਰੀ ਗੱਲ ਹੈ ਕਿ ਉਹ ਇੱਕ ਕਦੇ ਗੀਤਾ ਦੇ ਰੂਪ ਵਿੱਚ ਬੋਲ ਰਿਹਾ ਹੈ, ਕਦੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਬੋਲ ਰਿਹਾ ਹੈ, ਕਦੇ ਧੰਮਪਦ ਦੇ ਰੂਪ ਵਿੱਚ ਬੋਲ ਰਿਹਾ ਹੈ, ਕਦੇ ਕੁਰਾਨ ਮਜੀਦ ਦੇ ਰੂਪ ਵਿੱਚ ਬੋਲ ਰਿਹਾ ਹੈ, ਇੱਕ ਹੈ। ਕਿਰਨਾਂ ਅਨੇਕ ਹਨ, ਸੂਰਜ ਇੱਕ ਹੈ। ਲਹਿਰਾਂ ਅਨੇਕ ਹਨ, ਸਾਗਰ ਇੱਕ ਹੈ। ਜਿਹੜਾ ਮਨੁੱਖ ਲਹਿਰਾਂ ਨੂੰ ਦੇਖ ਲੈਂਦਾ ਹੈ, ਉਹ ਕਹਿੰਦਾ ਹੈ ਤੋ ਅਨੇਕ ਹੈ। ਔਰ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਸਾਖੀ ਪੜ੍ਹਦੇ ਹਾਂ, ਵੇਈ ਨਦੀ ਵਿੱਚ ਡੁੱਬ ਗਏ, ਇਸ਼ਨਾਨ ਕਰਨ ਗਏ ਸੀ, ਅਤੇ ਆਪ ਜੀ ਨੇ ਕਿਤਨੀ ਦਫ਼ਾ ਕਥਾ ਸੁਣੀ ਹੈ, ਪਰ ਇਹਦਾ ਮੋਰਲ ਕੀ ਹੈ? ਕਿਉਂਕਿ ਹਰ ਇੱਕ ਕਥਾ ਆਪਣਾ ਮੋਰਲ ਰੱਖਦੀ ਹੈ। ਨਾਨਕ ਜੀ ਨਦੀ ਵਿੱਚ ਡੁੱਬ ਗਏ ਨੇ, ਨਾਨਕ ਜੀ ਲਹਿਰਾਂ ਵਿੱਚ ਨਹੀਂ ਹਨ, ਨਾਨਕ ਗਹਿਰਾਈ ਵਿੱਚ ਚਲੇ ਗਏ ਨੇ, ਗਹਿਰਾਈ ਵਿੱਚ। ਕਿਉਂਕਿ ਜੇ ਸਾਗਰ ਨੂੰ ਗਹਿਰਾਈ ਵਿੱਚ ਦੇਖੀਏ ਤਾਂ ਅੰਦਰ ਇੱਕ ਹੈ, ਔਰ ਸਾਗਰ ਨੂੰ ਲਹਿਰਾਂ ਦੇ ਤੌਰ 'ਤੇ ਦੇਖੀਏ ਅਨੇਕ ਹੈ ਫਿਰ। ਔਰ ਨਾਨਕ ਇਤਨੀ ਗਹਿਰਾਈ ਵਿੱਚ ਚਲੇ ਗਏ ਨੇ, ਇਤਨੀ ਗਹਿਰਾਈ ਵਿੱਚ ਕਿ ਵਾਪਸ ਆ ਕੇ ਆਪ ਜੀ ਦੀ ਰਸਨਾ 'ਚੋਂ ਕੀ ਬੋਲ ਨਿਕਲਦੇ ਨੇ, ਨਾ ਕੋ ਹਿੰਦੂ ਨਾ ਮੁਸਲਮਾਨ, ਫਿਰ ਕੀ ਹੈ? ਕਬੀਰ ਸਾਹਿਬ ਦੇ ਵੀ ਬੋਲ ਨੇ, ਅੱਲਾਹ ਰਾਮ ਕੇ ਪਿੰਡ ਪਰਾਨ, ਇਹ ਸਾਰੇ ਸਰੀਰ ਅੱਲਾਹ ਦੇ ਨੇ, ਰਾਮ ਦੇ ਨੇ, ਬਾਕੀ ਹਿੰਦੂ ਮੁਸਲਿਮ ਅਸੀਂ ਬਣਾਏ ਹੋਏ ਨੇ, ਅਸੀਂ ਬਣਾਏ। ਕੋਈ ਚਰਚਾ ਚੱਲ ਰਹੀ ਸੀ ਕਿ ਕੋਈ ਸਾਨੂੰ ਇਹ ਦੱਸੇ, ਇਹ ਜਿਹੜਾ ਬਾਲਕ ਬੈਠਾ ਹੋਇਆ ਹੈ, ਇਹ ਹਿੰਦੂ ਹੈ ਜਾਂ ਮੁਸਲਿਮ ਹੈ? ਬਾਲਕ ਹੋਵੇਗਾ ਮਸਾਂ ਕੋਈ ਇੱਕ ਸਾਲ ਦਾ, ਦੋ ਸਾਲ ਦਾ, ਅਤੇ
ਆਪਸ ਵਿੱਚ ਝਗੜਾ ਚੱਲ ਰਿਹਾ ਸੀ, ਦੱਸੋ ਇਹ ਬਾਲਕ ਹਿੰਦੂ ਹੈ ਜਾਂ ਮੁਸਲਿਮ ਹੈ। ਤਾਂ ਕਿਸੇ ਸਿਆਣੇ ਨੇ ਕਹਿ ਦਿੱਤਾ, ਤੁਸੀਂ 10-15 ਸਾਲ ਰੁਕ ਜਾਓ, ਆਪਣੇ ਆਪ ਪਤਾ ਲੱਗ ਜਾਏਗਾ ਇਹ ਕੌਣ ਹੈ। ਕਹਿਣ ਲੱਗੇ ਉਹ ਕਿਵੇਂ? ਕਹਿਣ ਲੱਗੇ ਜੇ 10 ਸਾਲ ਤੁਸੀਂ ਰੁਕ ਗਏ ਤੁਹਾਨੂੰ ਆਪਣੇ ਆਪ ਖਬਰ ਮਿਲ ਜਾਏਗੀ, ਇਹ ਨਾ ਹਿੰਦੂ ਹੈ ਨਾ ਮੁਸਲਿਮ ਹੈ, ਇਹ ਸਿੱਖ ਹੈ, ਇਹ ਸਿੱਖ ਹੈ। ਕਿਉਂਕਿ ਪਰਮਾਤਮਾ ਨੇ ਜਿਸ ਤਰ੍ਹਾਂ ਭੇਜੀ ਹੈ ਬਣਾ ਕੇ, ਕਹਿੰਦੇ ਨੇ ਆਪਣਾ ਰੂਪ ਦੇ ਕੇ ਭੇਜੀ ਹੈ, ਭਾਉ ਸੰਪੂਰਨਤਾ। ਤਾਂ ਮੈਂ ਅਰਜ਼ ਕਰ ਰਿਹਾ ਸੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਮ ਦੀ ਗੱਲ ਹੈ ਇੱਕ ਓਅੰਕਾਰ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਦੀ ਗੱਲ ਹੈ ਤਾਂ ਸ਼ਬਦ ਦੇ ਕਰੀਬ ਕਰੀਬ 12 ਮੀਨਿੰਗ ਮਹਾਨ ਕੋਸ਼ ਦੇ ਲਿਖਾਰੀ ਨੇ ਲਿਖੇ ਨੇ। ਸ਼ਬਦ ਤੋਂ ਮੁਰਾਦ ਗੁਰੂ, ਸ਼ਬਦ ਤੋਂ ਮੁਰਾਦ ਗਿਆਨ, ਸ਼ਬਦ ਤੋਂ ਮੁਰਾਦ ਪ੍ਰਕਾਸ਼, ਸ਼ਬਦ ਤੋਂ ਮੁਰਾਦ ਨੂਰ, ਸ਼ਬਦ ਤੋਂ ਮੁਰਾਦ ਧੁਨ, ਇਸ ਤਰ੍ਹਾਂ 12 ਮੀਨਿੰਗ। ਪਰ ਮੂਲ ਇੱਕੋ ਹੀ ਹੈ, ਸ਼ਬਦ ਪ੍ਰਕਾਸ਼ ਗੁਰੂ ਨੂਰ। ਜਿਹੜਾ ਮਨੁੱਖ ਇਸ ਸ਼ਬਦ ਨਾਲ ਜੁੜ ਗਿਆ, ਧੂਪ ਛਾਂ ਜੇ ਸਮ ਕਰ ਸਹਿ ਤਾਂ ਨਾਨਕ ਆਖੇ ਗੁਰ ਕੋ ਕਹਿ। ਇਸ ਪੰਕਤੀ ਨੂੰ ਗਹਿਰਾਈ ਨਾਲ ਸਮਝਣਾ, 550 ਸਾਲਾਂ ਗੁਰਪੁਰਬ ਮਨਾਉਣਾ ਸਫਲ ਹੋ ਜਾਵੇਗਾ। ਸਾਹਿਬ ਦੇ ਬੋਲ ਹਨ ਕਿ ਜੀਵਨ ਦਾ ਇੱਕ ਨਿਯਮ ਹੈ, ਨਿਯਮ ਹੈ ਕਿ ਜਿੱਥੇ ਧੁੱਪ ਹੈ ਉੱਥੇ ਫਿਰ ਛਾਂ ਨੇ ਵੀ ਹੋਣਾ ਹੈ, ਜਿੱਥੇ ਛਾਇਆ ਹੈ ਉੱਥੇ ਧੁੱਪ ਨੇ ਵੀ ਹੋਣਾ ਹੈ। ਧੁੱਪ ਨੂੰ ਦੇਖ ਕੇ ਕਿਤੇ ਗਿੱਲਾ ਸ਼ਿਕਵਾ ਨਾ ਕਰ ਬੈਠਣਾ, ਕਿਉਂਕਿ ਧੁੱਪ ਤੋਂ ਬਾਅਦ ਫਿਰ ਛਾਂ ਵੀ ਹੈ, ਛਾਂ ਤੋਂ ਬਾਅਦ ਫਿਰ ਧੁੱਪ ਵੀ ਹੈ। ਇਹ ਕੁਦਰਤ ਦਾ ਇਹ ਨਿਯਮ ਹੈ, ਕੁਦਰਤ ਦਾ ਇੱਕ ਰੂਲ ਨਿਯਮ। ਧਰਮ ਕਿਸ ਨੂੰ ਕਹਿੰਦੇ ਨੇ? ਨਿਯਮ ਕਿ ਦਿਨ ਹੋਇਆ ਰਾਤ ਹੋਈ ਹੈ, ਨਿਯਮ ਹੈ। ਗਰਮੀ ਸੀ ਸਰਦੀ ਆ ਰਹੀ ਹੈ, ਇਹ ਨਿਯਮ ਹੈ। ਬੱਚਾ ਸੀ ਜਵਾਨ ਹੋ ਗਿਆ, ਇਹ ਨਿਯਮ ਹੈ। ਤਾਂ ਸਭ ਕੁਛ ਨਿਯਮ ਦੇ ਵਿੱਚ ਚੱਲ ਰਿਹਾ ਹੈ, ਜੇ ਧੁੱਪ ਹੈ ਛਾਂ ਵੀ ਹੈ। ਇੱਕ ਛੋਟਾ ਜਿਹਾ ਹੋਰ ਉਦਾਹਰਣ ਤਾਂ ਮੈਨੂੰ ਚੇਤੇ ਆ ਗਿਆ। ਅਕਸਰ ਅਸੀਂ ਕਹਿੰਦੇ ਹਾਂ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਜਿਸ ਦਰਖਤ ਦੇ ਥੱਲੇ ਸੁੱਤੇ ਪਏ ਨੇ, ਬਾਕੀ ਦਰਖਤਾਂ ਦੀ ਛਾਂ ਬਦਲ ਗਈ ਹੈ, ਉਹਦੀ ਨਹੀਂ ਬਦਲੀ। ਹੁਣ ਇਹ ਕਥਾ ਕੀ ਕਹਿ ਰਹੀ ਹੈ? ਕਿਉਂਕਿ ਇੱਕ ਤਾਂ ਨਿਯਮ ਹੈ ਕੁਦਰਤ ਦਾ ਕਿ ਜਿਵੇਂ ਜਿਵੇਂ ਸੂਰਜ ਸਫ਼ਰ ਕਰਦਾ ਹੈ, ਫਿਰ ਕਿਤੇ ਦੁਪਹਿਰ, ਕਿਤੇ ਸਵੇਰ, ਕਿਤੇ ਰਾਤ, ਕਿਤੇ ਕੁਛ, ਕਿਤੇ ਕੁਛ। ਪਰ ਜਿਸ ਦਰਖਤ ਦੇ ਥੱਲੇ ਗੁਰੂ ਨਾਨਕ ਸਾਹਿਬ ਜੀ ਸੁੱਤੇ ਪਏ ਨੇ, ਉਹ ਛਾਂ ਉੱਥੇ ਦੀ ਉੱਥੇ। ਇਹ ਕਥਾ ਇਹ ਕਹਿ ਰਹੀ ਹੈ, ਜਿਹੜਾ ਮਨੁੱਖ ਰੱਬ ਨਾਲ ਜੁੜ ਗਿਆ, ਉਹਦੇ ਜੀਵਨ ਵਿੱਚ ਫਿਰ ਛਾਂ ਹੀ ਛਾਂ ਹੈ, ਛਾਂ ਹੀ ਛਾਂ ਹੈ। ਉਸਨੂੰ ਸਮਝ ਆ ਗਈ, ਕਿਉਂਕਿ ਅਕਸਰ ਇੱਕ ਕਥਾ ਹੋਰ ਵੀ ਚੱਲਦੀ ਹੈ ਇਸਲਾਮਿਕ ਦੁਨੀਆ ਵਿੱਚ ਕਿ ਮੁਹੰਮਦ ਸਾਹਿਬ ਜਿੱਥੇ ਜਿੱਥੇ ਤੁਰਦੇ ਸੀ ਉੱਥੇ ਉੱਥੇ ਬਦਲੀ ਛਾਂ ਕਰਦੀ ਸੀ। ਇਹਦਾ ਇਹ ਕਾਰਨ ਹੈ, ਜਿਹੜਾ ਮਨੁੱਖ ਰੱਬ ਨਾਲ ਜੁੜ ਗਿਆ ਫਿਰ ਸਾਰੀ ਕੁਦਰਤ ਉਹਦੀ ਸੇਵਾ ਵਿੱਚ ਹਾਜ਼ਰ ਹੋ ਜਾਂਦੀ ਹੈ। ਨਾਮ ਜਪਦੀਆਂ, ਸਿਮਰਨ ਸਾਧਨਾ ਕਰਦੀਆਂ, ਧੂਪ ਛਾਂ ਜੇ ਸਮ ਕਰ ਸਹਿ ਤਾਂ ਨਾਨਕ ਆਖੇ। ਨਾਨਕ ਕੀ ਆਖ ਰਹੇ ਨੇ? ਕਿ ਮੈਂ ਦਾਅਵੇ ਨਾਲ ਕਹਿ ਰਿਹਾ, ਉਹ ਮਨੁੱਖ ਗੁਰੂ ਦੇ ਨਾਲ ਜੁੜ ਗਿਆ ਜਿਹੜਾ ਧੁੱਪ ਔਰ ਛਾਂ ਨੂੰ ਇੱਕੋ ਕਰਕੇ ਸਮਝਦਾ ਹੈ। ਜੇ ਜੀਵਨ ਵਿੱਚ ਦੁੱਖ ਆ ਗਏ ਤਾਂ ਵੀ ਤੇਰਾ ਸ਼ੁਕਰਾਨਾ, ਜੇ ਸੁੱਖ ਆ ਗਏ ਤਾਂ ਵੀ ਤੇਰਾ ਸ਼ੁਕਰਾਨਾ ਹੈ। ਜੇ ਜੀਵਨ ਦੇ ਵਿੱਚ ਰਾਤ ਆ ਗਈ ਤਾਂ ਵੀ ਸ਼ੁਕਰਾਨਾ, ਜੇ ਦਿਨ ਆ ਗਿਆ ਤਾਂ ਵੀ ਸ਼ੁਕਰਾਨਾ। ਇਹ ਗੁਰੂ ਨਾਨਕ ਸਾਹਿਬ ਦੇ ਬੋਲ ਨੇ, ਕਹਿ ਰਹੇ ਨੇ ਮੈਂ ਦਾਅਵੇ ਨਾਲ ਕਹਿ ਰਿਹਾ ਕਿ ਉਹ ਮਨੁੱਖ ਗੁਰੂ ਨਾਲ ਜੁੜ ਗਿਆ ਜਿਹੜਾ ਮਨੁੱਖ ਹਰ ਇੱਕ ਮੌਜ ਵਿੱਚ
ਰਹਿਣਾ ਸਿੱਖ ਲੈਂਦਾ ਹੈ। ਪਿਤਾ ਆਪਣੀ ਬੇਟੀ ਨੂੰ ਪੁੱਛਦਾ ਹੈ, ਰਿਤੂ ਕਿਹੜੀ ਚੰਗੀ ਲੱਗਦੀ ਹੈ? ਕਹਿੰਦੀ ਹੈ ਗਰਮੀ। ਦੂਜੀ ਨੂੰ ਪੁੱਛਦਾ, ਹੁਣ ਤੂੰ ਦੱਸ? ਕਹਿਣ ਲੱਗੇ ਸਰਦੀ। ਤੀਜੀ ਨੂੰ ਪੁੱਛਦਾ, ਹੁਣ ਤੂੰ ਬੋਲ? ਕਹਿਣ ਲੱਗੇ ਬਰਸਾਤ। ਜਦੋਂ ਚੌਥੀ ਨੂੰ ਸਵਾਲ ਕੀਤਾ, ਹੁਣ ਤੂੰ ਬੋਲ, ਤਾਂ ਉਹ ਕੀ ਕਹਿੰਦੀ ਹੈ? ਕੁਦਰਤ ਦੀ ਹਰ ਇੱਕ ਰੁੱਤ ਨੂੰ ਸਿੱਝਦਾ ਹੈ ਮੇਰਾ ਨਮਸਕਾਰ। ਕਾਦਰ ਜਿਸ ਰਿਤੂ ਨੂੰ ਭੇਜਦਾ ਹੈ ਉਹੀ ਰੁੱਤ ਮੈਨੂੰ ਕਬੂਲ ਹੈ, ਭਾਵੇਂ ਸਰਦੀ ਭੇਜੇ, ਗਰਮੀ ਭੇਜੇ, ਬਰਸਾਤ ਭੇਜੇ, ਮੈਨੂੰ ਕਬੂਲ ਹੈ। ਅਤੇ ਜੀਵਨ ਦੇ ਵਿੱਚ ਪਰਮਾਤਮਾ ਜੇ ਸੁੱਖ ਭੇਜੇ ਤਾਂ ਵੀ ਉਹਦਾ ਸ਼ੁਕਰਾਨਾ, ਜੇ ਜੀਵਨ ਵਿੱਚ ਦੁੱਖ ਆ ਗਏ ਤਾਂ ਵੀ ਉਹਦਾ ਸ਼ੁਕਰਾਨਾ। ਸ਼ੇਖ ਸ਼ਾਦੀ ਸਾਹਿਬ ਕਹਿੰਦੇ ਸੀ ਕਿ ਜਿਹੜੇ ਜੀਵਨ ਵਿੱਚ ਸੁੱਖ ਆ ਗਏ ਨੇ ਅਤੇ ਉਸਨੇ ਰਹਿਮਤ ਕਰਕੇ ਕਿਰਪਾ ਕਰਕੇ ਕੋਈ ਚੰਗਾ ਕੰਮ ਕਰਾਇਆ ਹੋਵੇਗਾ, ਸੁੱਖ ਆ ਗਏ। ਜੀਵਨ ਵਿੱਚ ਦੁੱਖ ਆ ਗਏ, ਰਸਤੇ 'ਤੇ ਗਲਤ ਰਸਤੇ 'ਤੇ ਪੈਰ ਪੈ ਗਿਆ ਸੀ। ਕਿਉਂਕਿ ਅੱਜ ਸਵੇਰੇ ਵੀ ਮੈਂ ਅਰਜ਼ ਕਰ ਰਿਹਾ ਸੀ, ਮਨੁੱਖ ਕਹਿ ਦਿੰਦਾ ਇਹ ਮੇਰਾ ਮਿੱਤਰ ਹੈ, ਇਹ ਮੇਰਾ ਅਜ਼ੀਜ਼ ਹੈ। ਫਿਰ ਮਿੱਤਰਾਂ ਦੇ ਵਿੱਚ ਪਰਿਵਾਰ ਵੀ ਹੈ, ਮਾਂ ਵੀ ਹੈ, ਪਿਤਾ ਵੀ ਹੈ, ਬੱਚੇ ਵੀ ਨੇ, ਪਤਨੀ ਵੀ ਹੈ, ਪਤੀ ਵੀ ਹੈ। ਔਰ ਇੱਕ ਗੱਲ ਜਿਹੜੀ ਬਹੁਤੀ ਪ੍ਰਚਲਿਤ ਹੈ ਕਿ ਦੋਸਤ ਦੀ ਪਰਖ ਕਰਨੀ ਹੋਵੇ ਤਾਂ ਮੁਸੀਬਤ ਵਿੱਚ ਪਤਾ ਲੱਗਦਾ ਹੈ ਕਿਹੜਾ ਦੋਸਤ ਹੈ। ਜਿਹੜਾ ਮੁਸੀਬਤ ਵਿੱਚ ਭੱਜ ਜਾਵੇ ਉਹ ਦੋਸਤ ਨਹੀਂ ਹੈ, ਪਰ ਕਿਤਨਾ ਵੀ ਪੱਕਾ ਮਿੱਤਰ ਹੋਵੇ, ਮੁਸੀਬਤ ਵਿੱਚ ਕੋਲ ਰਹਿਣ ਵਾਲਾ ਹੋਵੇ, ਪਰ ਇੱਕ ਮੁਸੀਬਤ ਵਿੱਚ ਉਹ ਵੀ ਭੱਜ ਜਾਏਗਾ, ਉਹ ਵੀ ਨੇੜੇ ਨਹੀਂ ਆਏਗਾ। ਜਦੋਂ ਮੌਤ ਦਾ ਫਰਿਸ਼ਤਾ ਆਵੇਗਾ ਉਸ ਮਿੱਤਰ ਨੇ ਵੀ ਕਹਿ ਦੇਣਾ, ਭਰਾ ਹੁਣ ਤੂੰ ਹੀ ਜਾ, ਮੇਰੇ ਵਾਸਤੇ ਗੱਲ ਨਹੀਂ ਹੈ। ਭਾਵੇਂ ਉਹ ਮਿੱਤਰ ਕਿਤਨਾ ਵੀ ਪਿਆਰਾ ਹੋਵੇ, ਅਜੀਜ਼ ਹੋਵੇ, ਕਿਤਨੀ ਵੀ ਵੱਡੀ ਉਮਰ ਹੋਵੇ, ਉਸਨੇ ਵੀ ਕਹਿਣਾ ਤੂੰ ਜਾ, ਮੈਂ ਨਹੀਂ ਜਾਵਾਂਗਾ। ਰਹੀਮਨ ਦਾ ਇੱਕ ਬੋਲ ਹੈ, ਰਹੀਮਨ ਬਿਪਤਾ ਹੂ ਭਲੀ ਜੋ ਥੋੜ੍ਹੇ ਦਿਨ ਹੋਏ। ਧਿਆਨ ਦੇ ਨਾਲ ਸੁਣਨਾ, ਰਹੀਮਨ ਬਿਪਤਾ ਹੂ ਭਲੀ ਜੋ ਥੋੜ੍ਹੇ ਦਿਨ ਹੋਏ, ਹਿਤ ਅਨਹਿਤ ਯਾ ਜਗਤ ਮੈਂ ਜਾਨ ਪਰੇ ਸਭ ਕੋਏ। ਮੇਰਾ ਆਪਣਾ ਕੌਣ ਹੈ, ਮੇਰੇ ਹਿੱਤ ਵਿੱਚ ਕੌਣ ਹੈ, ਮੇਰੇ ਅਨਹਿਤ ਵਿੱਚ ਕੌਣ ਹੈ? ਕਹਿੰਦੇ ਨੇ ਸਮਝ ਆ ਜਾਂਦੀ ਜੇ ਜੀਵਨ ਵਿੱਚ ਥੋੜ੍ਹੀ ਜਿਹੀ ਬਿਪਤਾ ਆ ਜਾਵੇ ਤਾਂ ਪਤਾ ਲੱਗ ਜਾਂਦਾ ਕੌਣ ਆਪਣਾ ਕੌਣ ਪਰੇ। ਤਾਂ ਜਿਹੜੀ ਮੈਂ ਅਰਜ਼ ਕਰ ਰਿਹਾ ਸੀ ਉਹ ਇਹ ਸੀ, ਜਿਤਨੇ ਵੀ ਮਿੱਤਰ ਨੇ ਉਹਦੇ ਵਿੱਚ ਮਾਂ, ਪਿਤਾ, ਬਨਿਤਾ, ਸੁੱਤ, ਬੰਧਪ, ਇਸ਼ਟ, ਮੀਤ ਔਰ ਵਾਈ, ਸਾਹਿਬ ਫੈਸਲਾ ਕਰਦੇ ਨੇ ਕਿ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈ। ਇੱਕ ਸੰਜੋਗ ਸੀ, ਕੋਈ ਮਾਂ ਬਣ ਕੇ ਆ ਗਈ, ਕੋਈ ਲੈਣਾ ਦੇਣਾ ਸੀ ਪਿਤਾ ਬਣ ਕੇ ਆ ਗਿਆ, ਕੋਈ ਸੰਜੋਗ ਸੀ ਪੁੱਤਰ ਬਣ ਕੇ ਆ ਗਿਆ, ਸੰਜੋਗ ਸੀ ਮਿੱਤਰ ਬਣ ਕੇ ਆ ਗਿਆ। ਪਰ ਜੀਵਨ ਦੇ ਵਿੱਚ ਕਦੇ ਵੀ ਇਹ ਨਾ ਕਹਿਣਾ ਪਤਨੀ ਠੀਕ ਨਹੀਂ ਮਿਲੀ, ਪਤੀ ਠੀਕ ਨਹੀਂ ਮਿਲਿਆ, ਪਿਤਾ ਠੀਕ ਨਹੀਂ ਮਿਲਿਆ, ਮਾਂ ਠੀਕ ਨਹੀਂ ਮਿਲੀ, ਭੈਣ ਭਰਾ ਠੀਕ ਨਹੀਂ ਮਿਲੇ। ਜੀਵਨ ਵਿੱਚ ਕਦੇ ਵੀ ਨਾ ਕਹਿਣਾ ਪੜੋਸੀ ਠੀਕ ਨਹੀਂ ਮਿਲਿਆ। ਜੀਵਨ ਵਿੱਚ ਕੁਝ ਕਹਿਣਾ ਹੋਵੇ ਤਾਂ ਇਹ ਕਹਿ ਦੇਣਾ ਮੇਰੇ ਕਰਮ ਠੀਕ ਨਹੀਂ ਸੀ, ਐਸਾ ਮਿੱਤਰ ਮਿਲਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨ। ਕਦੇ ਵੀ ਭੁੱਲ ਕੇ ਵੀ ਦੋਸ਼ ਨਾ ਦੇਣਾ ਕਿਸੇ ਨੂੰ, ਦੋਸ਼ ਆਪਣੇ ਹੀ ਕਰਮਾਂ ਨੂੰ ਦੇਣਾ। ਮੈਂ ਕੁਝ ਕੀਤਾ ਸੀ ਐਸਾ ਪਤੀ ਮਿਲ ਗਿਆ, ਮੈਂ ਕੁਝ ਕੀਤਾ ਸੀ ਐਸੀ ਪਤਨੀ ਮਿਲ ਗਈ, ਮੈਂ ਨਾ ਕਰਦਾ ਤਾਂ ਕਦੇ ਨਾ ਮਿਲਦਾ। ਔਰ ਹਾਂ, ਪਿਛਲੇ ਸੰਜੋਗਾਂ ਕਰਕੇ ਇਹ ਪਰਿਵਾਰ ਮਿਲਿਆ ਹੈ, ਅੱਜ ਫਿਰ ਨਵੇਂ ਸੰਜੋਗ ਬਣਾ ਰਿਹਾ, ਫਿਰ ਨਵੇਂ ਸੰਜੋਗ ਬਣ ਰਹੇ ਨੇ, ਨਵਾਂ ਪਰਿਵਾਰ ਗੁਸਤਾਖੀ ਮਾਫ ਫਿਰ ਤਿਆਰ ਹੋ ਰਿਹਾ ਹੈ,
कौन पति होवेगा, कौन पत्नी होवेगी, किहड़े किहड़े बच्चे होणगे, नवा परिवार फिर बन रहा, तैयार हो रहा, क्योंकि किसी तो खो लिया उसनों फिर देना पएगा, किसी नूं दे दिता उस तो फिर लेना पएगा, किसी नूं दो शब्द माड़े बोल के आ गए वापस लेने पैणगे, किसी नूं खुशियां दे दो बोल बोले ने वापस चौली विच पैणगे। इसे करके धन कबीर साहब जी जींदे जी अपने वास्ते कहंदे सी, अब की बार बख्श बंदे को बहुर न बौजल फेरा। पर असी ये शब्द उदों पढ़ते हाँ जो मनुख चला गया, हुण उहनू की सुनाना है, सुनाना तो अपने आप नूं है। जा फिर सूरज किरण मिले जल का जल हुआ राम, कहिंदे ने किसनों सुना रहे हैं, वह तो चला गया। जीवन विच इतनी साधना होवे कि तेरी जोत परमात्मा दे नाल एकमिक हो जावे, तो अपने वास्ते गा सूरज किरण मिले जल का जल हुआ राम, अपने वास्ते गा। तो गुरु नानक साहब महाराज कह रहे हैं कि मैं दावे नाल कहना वह मनुख गुरु नाल जुड़ गया जिहड़ा हर एक अवस्था नूं कबूल करदा है, हर एक अवस्था नूं। बाकी छे वरतारे वरते पूत, गुरु साहब जी कह रहे हैं कि संन्यासियां दे फिरके, बैरागियां दे फिरके वखरे वखरे ने, किसी दे 12 फिरके ने, किसी दे 10 फिरके ने, किसी दे 6 फिरके ने, ते उहदे विच ही समा बतीत हो रहा है। ना संसारी ना अवधूत, कहते ने संसारी भी नहीं हन और अवधूत भी नहीं ने, जोगी भी नहीं ने। इत्थे मैं थोड़ा जिहा समझा देवां संसारी ते अवधूत कबीर साहब दे बोल ने। पुछ बैठे कबीर साहब नूं कि जे किधरे कोई गृहस्थी होवे तो कैसा होवे, और जे किधरे कोई बैरागी होवे तो कैसा होवे। आप जी दी रसना च बोल लगले, कबीर ज्यों ग्रह करे तो धर्म कर, जे गृहस्थी बनना है तो धार्मिक गृहस्थी बन, मेहनत मशक्कत करके फिर लोड़वंद नूं भी दे, तू भी खा लोड़वंद नूं भी खिला। जे गृहस्थी नहीं बनना तो फिर तू बैरागी बन जा, ज्यों ग्रह करें तो धर्म कर, नहीं तो कर बैराग। पर हाँ ये भी चेते रखना, जे बैरागी बन के किसी बंधन विच पै गया तो समझ लेना जीवन दे विच तेरे तो वड्डा अभागा कोई भी नहीं है। बैरागी बंधन परे ताको बड़ो अभाग, बैरागी बन गया बंधन पै गया। भाई साहब भाई वीर सिंह जी कहंदे सी, एक पासे घर छड्डिया दूजे पासे डेरा बना लिया, गल तां इक्को ही है। एक पासे बच्चे छड्डे दूजे पासे चेले बना ले, गल तां इक्को ही है, पकड़ तां उत्थे दी उत्थे। जे घर नूं छड्डिया आश्रम नूं पकड़ लिया, बच्चे छड्डे चेलियां नूं पकड़ लिया, कहते ने गल तो कुछ भी नहीं बनी। निरंकार जो रहे समाए काहे भीखिया मंगन जाए, जो निरंकार हर एक नूं दे रहा है तेरे विच भी बैठा होया है तो क्यों धक्के खा रहे हैं, तो फिर रब नूं कित्थे लभीए। ये बोल देखना, कहते ने ये जितने भी शरीर हन ये सारे दे सारे शरीर हर मंदर ने, इत्थे हरी बैठा होया है, रब बैठा होया। हर मंदर सोई आखी है जिथो हर जाता, मंदर सारे ही उसे दे ने, सारियां विच ओ बैठा होया है, ओ बैठा है। और इस करके कहते ने कि हर एक शरीर ओदे बनाए हुए ने, हर एक दा अदब करना है,
ਪਸ਼ੂ, ਪੰਛੀ, ਜਲਚਰ, ਨਵਚਰ, ਮਨੁੱਖ। ਮਾਨਸ ਦੇਹੇ ਗੁਰ ਬਚਨੀ ਪਾਇਆ, ਸਭ ਆਤਮ ਰਾਮ ਪਛਾਤਾ। ਇਹ ਜੋ ਮਨੁੱਖੀ ਜਾਮਾਂ ਤੋਂ ਲੈ ਕੇ ਬੈਠਾ ਹੈ, ਇਹ ਉਦੋਂ ਇਸ ਨੂੰ ਕਬੂਲ ਸਮਝਣਾ, ਪ੍ਰਵਾਨ ਸਮਝਣਾ, ਜਦੋਂ ਗੁਰੂ ਦੇ ਨਾਲ ਤੂੰ ਜੁੜ ਜਾਵੇਂ ਤਾਂ ਸਮਝਣਾ ਕਬੂਲ ਹੈ। ਕਬੂਲ ਅਤੇ ਫਿਰ ਜੋ ਆਤਮਾ ਦਾ ਰਾਮ ਹੈ ਉਸ ਨੂੰ ਪਛਾਣ ਲਵਾਂਗੇ। ਆਤਮ ਰਾਮ ਕਹਿੰਦੇ ਨੇ ਰੱਬ ਨੂੰ, ਨਿਰੰਕਾਰ ਨੂੰ। ਲੇਕਿਨ ਅਸੀਂ ਕੀ ਕੀਤਾ, ਆਤਮਾ ਰਾਮ ਜੋ ਸਾਰੇ ਜਗਤ ਦਾ ਮਾਲਕ ਹੈ, ਉਸਦਾ ਨਾਮ ਉਠਾ ਕੇ ਅਸੀਂ ਚੁਰਾ ਕੇ ਅਤੇ ਜੋੜ ਦਿੱਤਾ ਇੱਕ ਛੋਟਾ ਜਿਹਾ ਹੱਡੀ ਦਾ ਟੁਕੜਾ, ਕਹਿੰਦੇ ਨੇ ਇਹ ਆਤਮ ਰਾਮ ਹੈ। ਕਹਿੰਦੇ ਨੇ ਕਈ ਦਫ਼ਾ ਹੈਰਾਨਗੀ ਆਉਂਦੀ ਹੈ, ਕੈਸੇ ਕੈਸੇ ਸ਼ਬਦ ਅਸੀਂ ਗੜ ਲੈਂਦੇ ਹਾਂ, ਕੈਸੇ ਕੈਸੇ। ਇੱਕ ਜਵਾਨ ਬੱਚਾ ਸੀ ਅਤੇ ਉਹ ਰੋ ਰਿਹਾ ਸੀ। ਮੈਂ ਉਸਨੂੰ ਪੁੱਛਿਆ ਕੀ ਹੋਇਆ, ਕਹਿਣ ਲੱਗੇ ਬਾਪੂ ਨੂੰ ਰੱਬ ਨੇ ਚੁੱਕ ਲਿਆ। ਫਿਰ ਰੋਣ ਦੀ ਕੀ ਗੱਲ ਹੈ, ਜਦੋਂ ਬਾਪੂ ਨੇ ਨੂੰ ਚੁੱਕ ਲਿਆ ਰੱਬ ਨੇ, ਰੋਣ ਦੀ ਕੀ ਲੋੜ ਹੈ। ਜਿਸਨੂੰ ਰੱਬ ਚੁੱਕ ਲਵੇ ਹੋਰ ਕੀ ਚਾਹੀਦਾ ਹੈ। ਪਰ ਗੁਸਤਾਕੀ ਮਾਫ, ਰੱਬ ਨੇ ਨਹੀਂ ਚੁੱਕਿਆ, ਜਮਦੂਤਾਂ ਨੇ ਚੁੱਕਿਆ। ਪਰ ਆਪਣੇ ਆਪ ਨੂੰ ਸਮਝਾਉਣ ਲਈ ਮਨੁੱਖ ਕਹਿ ਦਿੰਦਾ ਰੱਬ ਨੇ ਚੁੱਕ ਲਿਆ, ਰੱਬ ਦੇ ਕੋਲ ਪਹੁੰਚ ਗਿਆ, ਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੀ ਆ। ਕਹਿੰਦੇ ਨੇ ਐਸੇ ਐਸੇ ਸ਼ਬਦ ਮਨੁੱਖ ਗੜ ਲੈਂਦਾ ਹੈ, ਸਿਰਫ ਡਰ ਲੱਗਦਾ ਹੈ ਮੌਤ ਤੋਂ। ਇਹ ਨਹੀਂ ਕਹਿੰਦਾ ਮਰ ਗਿਆ, ਰੱਬ ਨੇ ਚੁੱਕ ਲਿਆ। ਇਹ ਮਨੁੱਖ ਦੇ ਬਣਾਏ ਹੋਏ ਸ਼ਬਦ ਨੇ ਸਾਰੇ। ਜਦੋਂ ਡਰਦਾ ਹੈ ਮੌਤ ਤੋਂ, ਫਿਰ ਉਹ ਦੂਜਾ ਸ਼ਬਦ ਪ੍ਰਯੋਗ ਕਰਦਾ ਹੈ, ਰੱਬ ਨੇ ਚੁੱਕ ਲਿਆ, ਅੱਲਾਹ ਨੇ ਚੁੱਕ ਲਿਆ। ਬਾਹਰ ਮੂਲ ਨਾ ਖੋਜੀ ਹੈ, ਘਰ ਮਾਹੇ ਵਿਧਾਤਾ। ਰੱਬ ਨੂੰ ਬਾਹਰ ਨਾ ਖੋਜਣਾ, ਜੇ ਧਨ ਦੀ ਤਲਾਸ਼ ਕਰਨੀ ਹੋਵੇ ਬਾਹਰ ਕਰਨਾ, ਜੇ ਨੌਕਰੀ ਦੀ ਤਲਾਸ਼ ਕਰਨੀ ਹੋਵੇ ਬਾਹਰ ਕਰਨਾ, ਜੇ ਪ੍ਰਤਿਸ਼ਠਾ ਦੀ ਲੋੜ ਹੋਵੇ ਬਾਹਰ ਖੋਜਣਾ, ਰੁਤਬਾ ਚਾਹੀਦਾ ਹੈ ਬਾਹਰ ਖੋਜਣਾ, ਔਰ ਜੇ ਰੱਬ ਨੂੰ ਮਿਲਣਾ ਹੋਵੇ ਤਾਂ ਫਿਰ ਰੱਬ ਦੀ ਖੋਜ ਬਾਹਰ ਦੀ ਖੋਜ ਨਹੀਂ ਹੈ, ਅੰਦਰ ਦੀ ਖੋਜ ਹੈ। ਬੰਦੇ ਖੋਜ ਦਿਲ ਹਰ ਰੋਜ਼, ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸਹਿਰ ਮੇਲਾ, ਇਹ ਦਸਤਗੀਰੀ ਨਾ ਹੈ, ਅੰਦਰ ਖੋਜ। ਕਿਉਂਕਿ ਇੱਕ ਮਨੁੱਖ ਐਸਾ ਸੀ ਜੋ ਰੋਜ਼ ਭਾਂਡੇ, ਜਿਹੜੇ ਮੰਜੇ ਹੋਏ ਭਾਂਡੇ ਨੇ, ਉਹਨਾਂ ਨੂੰ ਚੁੱਕਦਾ ਸੀ, ਫਿਰ ਮਾਂਜਦਾ ਸੀ, ਰੱਖ ਦਿੰਦਾ ਸੀ, ਘੰਟੇ ਬਾਅਦ ਫਿਰ ਚੁੱਕਦਾ ਸੀ, ਫਿਰ ਮਾਂਜਦਾ ਸੀ, ਘੰਟੇ ਬਾਅਦ ਫਿਰ ਚੁੱਕ ਲੈਣਾ, ਫਿਰ ਮਾਂਜਣਾ। ਕਿਸੇ ਨੇ ਕਹਿ ਦਿੱਤਾ ਲੱਗਦਾ ਹੈ ਤੂੰ ਪਾਗਲ ਹੋ ਗਿਆ, ਇੱਕ ਇੱਕ ਘੰਟੇ ਬਾਅਦ ਵਾਰ ਵਾਰ ਮਾਂਜੇ ਹੋਏ ਭਾਂਡੇ ਫਿਰ ਮਾਂਜੀ ਜਾ ਰਹੀ ਹੈ। ਅਤੇ ਉਹ ਕੀ ਕਹਿੰਦਾ ਹੈ, ਕਹਿੰਦਾ ਬਸ ਸਾਧਨਾ ਦੀ ਉੱਤਮ ਜੁਗਤ ਇਹੀ ਹੈ, ਇੱਕ ਘੰਟੇ ਤੋਂ ਬਾਅਦ ਵੀ ਇਸ ਭਾਂਡੇ 'ਤੇ ਕੋਈ ਅਲੋਦਗੀ ਛਾ ਗਈ ਹੈ, ਗਰਦ ਛਾ ਗਈ ਹੈ, ਮਿੱਟੀ ਛਾ ਗਈ ਹੈ। ਮੈਂ ਇੱਕ ਘੰਟਾ ਤਾਂ ਬਹੁਤ ਦੇਰ ਕਰ ਦਿੱਤੀ ਹੈ, ਮਾਂਜਣਾ ਤਾਂ ਚਾਹੀਦਾ ਸੀ ਹਰ 5 ਮਿੰਟ ਬਾਅਦ, ਹਰ 2 ਮਿੰਟ ਬਾਅਦ। ਕਹਿੰਦੇ ਨੇ ਹੇ ਮਨੁੱਖ, ਤੂੰ ਆਪਣੀ ਚੇਤਨਾ ਨੂੰ ਮਾਂਜਦਾ ਰਹੇ ਹਰ ਵੇਲੇ, ਵਾਹਿਗੁਰੂ 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 ਮਾਂਜਦਾ ਰਹੇ, ਹਰ ਵੇਲੇ ਮਾਂਜਦਾ ਰਹੇ। ਜਿਸ ਦਿਨ ਤੇਰੀ ਚੇਤਨਾ ਬਿਲਕੁਲ ਨਿਰਮਲ ਹੋ ਗਈ, ਪਵਿੱਤਰ ਹੋ ਗਈ, ਉਸ ਦਿਨ ਤੈਨੂੰ ਦਿਸੇਗਾ ਕਿ ਦਿਲ ਕੇ ਆਈਨੇ ਮੈਂ ਹੈ ਤਸਵੀਰੇ ਯਾਰ, ਜਬ ਜੀ ਚਾਹਾ ਗਰਦਨ ਝੁਕਾਈ ਔਰ ਦੇਖ ਲਿਆ। ਮਨਮੁਖ ਹਰ ਮੰਦਰ ਕੀ ਸਾਰ ਨਾ ਜਾਣਨੀ, ਤਿੰਨੀ ਜਨਮ ਗਵਾਤਾ। ਜਿਹੜਾ ਮਨਮੁਖ ਹੈ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਕਹਿੰਦੇ ਨੇ ਉਸਨੂੰ ਹਰ ਮੰਦਰ ਦੀ ਸਮਝ ਨਹੀਂ। ਇਹ ਜੋ ਤਨ ਹੈ ਹਰ ਮੰਦਰ, ਜਦੋਂ ਘਰ ਕੋਈ ਮਹਿਮਾਨ ਹੋਵੇ ਅਤੇ ਕਿਤਨਾ ਸਾਫ਼ ਸੁਥਰਾ ਘਰ ਰੱਖਦੇ ਆ, ਮਹਿਮਾਨ ਆ ਰਿਹਾ, ਕਹਿੰਦੇ ਨੇ ਅੰਦਰ ਰੱਬ ਬੈਠਾ ਹੋਇਆ ਹੈ, ਉੱਥੇ ਵੀ ਸਫਾਈ ਚਾਹੀਦੀ ਹੈ। ਔਰ ਸਫਾਈ ਦਾ ਯੰਤਰ ਕੀ ਹੈ, ਕਹਿੰਦੇ ਨੇ ਗਿਆਨ ਕੀ ਵਢਣੀ, ਵਢਣੀ ਕਹਿੰਦੇ ਨੇ ਝਾੜੂ ਨੂੰ, ਗਿਆਨ ਕੀ ਵਢਣੀ ਮਨੋ ਹੱਥ ਲੈ ਕਾਤੁਰਤਾ ਕੁੱਤਵਾਰ ਬੁਹਾਰੇ। ਜਿਤਨੀ ਅਲੁਦਗੀ ਹੈ, ਜਿਤਨੀ ਗਰਦ ਹੈ,
ਕਹਿੰਦੇ ਨੇ ਸਾਰੀ ਸਾਫ ਕਰ ਇਹ ਗਿਆਨ ਦੀ ਝਾੜੂ ਨਾਲ। ਧੰਨ ਗੁਰੂ ਗ੍ਰੰਥ ਸਾਹਿਬ ਦੇ ਬੋਲ ਗਿਆਨ। ਫਿਰ ਸਭ ਮੈਂ ਇੱਕ ਵਰਤ ਦਾ ਗੁਰ ਸ਼ਬਦ ਹੀ ਪਾਇਆ ਜਾਈ। ਇਹ ਗੱਲ ਮੈਂ ਦੇਖ ਲਈ ਗੁਰੂ ਸ਼ਬਦ ਨਾਲ, ਗੁਰੂ ਗਿਆਨ ਨਾਲ, ਸਤਸੰਗਤ ਨਾਲ ਕਿ ਸਾਰਿਆਂ ਦੇ ਵਿੱਚ ਤੂੰ ਬੈਠਾ ਹੋਇਆ ਹੈ ਜਿਸ ਦੀ ਮੈਨੂੰ ਤਲਾਸ਼ ਹੈ। ਬਸ ਇਤਨੀ ਦੀ ਗੱਲ ਹੈ। ਕਹਿੰਦੇ ਨੇ ਰੱਬ ਦੇ ਨਾਲ ਮਿਲਣ ਸਭ ਤੋਂ ਸੌਖਾ ਹੈ, ਪਰ ਅਸੀਂ ਲੋਕਾਂ ਨੇ ਬਹੁਤ ਔਖਾ ਬਣਾ ਦਿੱਤਾ ਹੈ, ਬਹੁਤ ਔਖਾ। ਗੁਰਬਾਣੀ ਦੇ ਬੁੱਲ ਪੜ੍ਹਦੇ ਜਾਓ, ਸਫ਼ਰ ਕਰਦੇ ਜਾਓ, ਨਾਨਕ ਨਦਰੀ ਨਦਰ ਨਿਹਾਲ। ਫੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।